हां जी दोस्तों सत श्री काल गल पंजाब दी चैनल दे ਤੁਹਾਡਾ ਸਵਾਗਤ ਹੈ ਅੱਜ ਕਰੌਣਾ ਤੁਹਾਨੂੰ ਇੱਕ ਅਜਿਹੇ ਹਥਿਆਰ ਦੇ ਦਰਸ਼ਨ ਜਿਹੜਾ ਨਾਂ ਤਾਂ ਸਾਰੀ ਦੁਨੀਆ ਵਿੱਚ ਕਿਤੇ ਹੋਰ ਹੈਗਾ ਤੇ ਨਾ ਹੀ ਕਦੇ ਉਮੀਦ ਆ ਵੀ ਇਹੋ ਜਿਹਾ ਹਥਿਆਰ ਦੁਨੀਆ ਦੇ ਵਿੱਚ ਬਣਿਆ ਹੋਊਗਾ ਇਹ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਹੋ ਐਡੀ ਵੱਡੀ ਤੋਪ ਇਹ ਤੋਪ ਦੋਸਤੋ ਦੁਨੀਆ ਦੇ ਵਿੱਚ ਸਿਰਫ ਇੱਕੋ ਇੱਕ ਇਹ ਤੋਪ ਹੈ ਇਹ ਦੁਨੀਆ ਦੇ ਵਿੱਚ ਕਿਤੇ ਹੋਰ ਇਸ ਤੋਂ ਵੀ ਵੱਡੀ ਜਾਂ ਇਹਦੇ ਵਰਗੀ ਤੋਪ ਕਿਤੇ ਵੀ ਨਹੀਂ ਹੈਗੀ ਦੋਸਤੋ ਤੁਹਾਨੂੰ ਦੱਸਦੀ ਕਿ ਇਹ ਤੋਪ ਜੈਪੁਰ ਦੇ ਵਿੱਚ ਇੱਕ ਕਿਲੇ ਦੇ ਵਿੱਚ ਰੱਖੀ ਗਈ ਹੈ ਇਹ ਤੋਪ ਦੇ ਜਿਹੜੇ ਪਹੀਏ ਤੁਹਾਨੂੰ ਦਿਖ ਰਹੇ ਨੇ ਏਡੇ ਵੱਡੇ ਵੱਡੇ ਪਹੀਏ ਅੱਜ ਤੁਹਾਨੂੰ ਦੱਸਾਂਗੇ ਤੋਪ ਦਾ ਸਾਰਾ ਇਤਿਹਾਸ ਇਹ ਤੋਪ ਕਿਸ ਨੇ ਬਣਾਈ ਇਹ ਇਹਦਾ ਕਦੇ ਚੱਲੀ ਵੀ ਜਾਂ ਨਹੀਂ ਚੱਲੀ ਜਾਂ ਹੋਰ ਵੀ ਇਹਨੂੰ ਚਲਾਉਣ ਦੇ ਵਿੱਚ ਕਿੱਡਾ ਕੁ ਬਰੂਦ ਲੱਗਦਾ ਤੇ ਕਿੱਡੀ ਕੁ ਦੂਰ ਤੱਕ ਇਹ ਤੋਪ ਦੀ ਮਾਰ ਹੈਗੀ ਉਹ ਅੱਜ ਉਹ ਸਾਰੀ ਗੱਲਬਾਤ ਆਪਾਂ ਇਹ ਵੀਡੀਓ ਦੇ ਵਿੱਚ ਕਰਾਂਗੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੈਪੁਰ ਦੇ ਕਿਲੇ ਨੇ ਜਿਵੇਂ ਆਪਾਂ ਨੂੰ ਪਤਾ ਹੈ ਵੀ ਸਭ ਤੋਂ ਵੱਧ ਮਸ਼ਹੂਰ ਦੇ ਭਾਰਤ ਦੇ ਵਿੱਚ ਜੈਪੁਰ ਦੇ ਰਾਜਸਥਾਨ ਦੇ ਕਿਲੇ ਨੇ ਨਾ ਜਿਹੜੇ ਉਹ ਬਹੁਤ ਜ਼ਿਆਦਾ ਮਸ਼ਹੂਰ ਨੇ ਉਨ੍ਹਾਂ ਦੀ ਮਸ਼ਹੂਰੀ ਦਾ ਕਾਰਨ ਇਹੋ ਜਿਹੀਆਂ ਚੀਜ਼ਾਂ ਹੀ ਨੇ ਉੱਥੇ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਦੁਨੀਆਂ ਦੇ ਵਿੱਚ ਹੋਰ ਕਿਤੇ ਹੈ ਨਹੀਂ ਸੁਰੱਖਿਆ ਨੂੰ ਦੇਖਦੇ ਹੋਏ ਜਾਂ ਫਿਰ ਸੁੰਦਰਤਾ ਨੂੰ ਦੇਖਦੇ ਹੋਏ ਉੱਥੇ ਇਹੋ ਜਿਹੀਆਂ ਚੀਜ਼ਾਂ ਨੇ ਬਣਾਈਆਂ ਗਈਆਂ ਨੇ ਇਹ ਜਿਹੜੀ ਤੁਸੀਂ ਤੋਪ ਦੇਖ ਰਹੇ ਹੋ ਇਹ ਵਿਸ਼ਵ ਪ੍ਰਸਿੱਧ ਤੋਪ ਇਹਨੂੰ ਕਿਹਾ ਜਾਂਦਾ ਤੇ ਇਹਦਾ ਨਾਂ ਰੱਖਿਆ ਹੋਇਆ ਜੈਵਾਨ ਤੋਪ ਇਹਦਾ ਨਿਰਮਾਣ ਸੀ ਜਿਹੜਾ ਉਹ ਜੈ ਸਿੰਘ ਨੇ ਕਰਵਾਇਆ ਸੀਗਾ 1720 ਦੇ ਵਿੱਚ ਉਥੇ ਹੀ ਆਪਣੇ ਕਿਲੇ ਦੇ ਵਿੱਚ ਉਹਦਾ ਕਾਰਖਾਨਾ ਸੀਗਾ ਥੱਲੇ ਸੀਗਾ ਇਹ ਤੋਪ ਹੁਣ ਕਹਿਦੀ ਆਪਾਂ ਜਿਵੇਂ ਕੋਠੇ ਤੇ ਜਾਂ ਉੱਤੇ ਛੱਤ ਵਾਂਗੂ ਕੰਧ ਦੇ ਉੱਪਰ ਪਈ ਹੈਗੀ ਇਹ ਥੱਲੇ ਇਹਦਾ ਕਾਰਖਾਨੇ 'ਚ ਇਹ ਤਿਆਰ ਕਰਵਾਈ ਸੀ ਤੇ ਜਿਹੜਾ ਇਹ ਜੈ ਸਿੰਘ ਸੀ ਇਹਦੇ ਨਾਂ ਤੋਂ ਹੀ ਇੱਥੇ ਫਿਰ ਜੈਪੁਰ ਸ਼ਹਿਰ ਆ ਜਿਹੜਾ ਉਹ ਵਸਿਆ ਹੋਇਆ ਜਾਨੀ ਇਹ ਰਾਜੇ ਨੇ ਹੀ ਇਹ ਤੋਪ ਤਿਆਰ ਕਰਾਈ ਸੀਗੀ ਪਰ ਉਹ ਰਾਜੇ ਦੇ ਕਰਮਾਂ ਦੇ ਵਿੱਚ ਹੈ ਨਹੀਂ ਸੀ ਵੀ ਇਹ ਤੋਪ ਨੂੰ ਉਹ ਉੱਪਰ ਛੱਤ ਤੇ ਲੈ ਜਾਏ ਉਹਦੋਂ ਪਹਿਲੇ ਹੀ ਉਹ ਰਾਜੇ ਦੀ ਹੈ ਜਿਹੜੀ ਮੌਤ ਹੋ ਗਈ ਸੀਗੀ ਤੇ ਇਹ ਜਿਵੇਂ ਤੋਪ ਦੇ ਵਿੱਚ ਜਿਹੜਾ ਤੁਸੀਂ ਇਹਦੀ ਨਾਲ ਦੇਖ ਰਹੇ ਹੋ ਆ ਸਾਹਮਣੇ ਵਾਲੀ ਨਾਲ ਇਹਦੀ ਲੰਬਾਈ ਹੈ ਜਿਹੜੀ ਉਹ 20 ਫੁੱਟ ਹੈ ਤੇ ਜਿਹੜੀ ਇਹਦੀ ਗੁਲਾਈ ਹੈ ਉਹ 8 ਫੁੱਟ ਹੈ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੱਡਾ ਵੱਡਾ ਹਥਿਆਰ ਹੈ ਇਹ ਤੇ 7.5 ਇੰਚ 8 ਫੁੱਟ 7.5 ਇੰਚ ਇਹਦੀ ਜਿਹੜੀ ਗੁਲਾਈ ਹੈ ਤੇ ਇਹਦਾ ਵਜਨ ਜੇ ਕਹਿ ਲਈਏ ਤਾਂ ਆਪਾਂ 50 ਟਨ ਦੋਸਤੋ 50 ਟਨ ਦੇ ਵਿੱਚ ਕਿੰਨੇ ਹੀ ਕਾਊਂਟਲ ਆ ਜਾਂਦੇ ਨੇ ਉਨਾ ਇਹਦਾ ਬਜਟ ਹੈ 50 ਟਨ ਦਾ ਦੋਸਤੋ 500 ਕੁਇੰਟਲ ਬਣ ਜਾਂਦਾ ਹੈ ਹੁਣ ਹਰਾਨੀ ਦੀ ਗੱਲ ਇਹ ਹੈ ਵੀ 500 ਕੁਇੰਟਲ ਚੱਕ ਕੇ ਇੱਥੇ ਕਿਵੇਂ ਲਿਆਂਦਾ ਹੋਊਗਾ ਅੱਜ ਇਹ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦੱਸਾਂਗੇ ਕਿ ਵੀ ਇਹ ਤੋਪ ਹੈ ਜਿਹੜੀ 500 ਕੁਇੰਟਲ ਦੀ ਭਾਰੀ ਤੋਪ ਇੱਥੇ ਕਿਵੇਂ ਲਿਆਂਦੀ ਗਈ ਤੇ ਇਹਦੇ ਜਿਹੜੇ ਅੱਗੇ ਨਾਲ ਹੈਗੀ ਉਹਦੇ ਉੱਤੇ ਇਹਨਾਂ ਨੇ ਹਾਥੀ ਪਾਕ시 ਇਹ ਜਾਂ ਕੁਝ ਜਿਹੜਾ ਬਣਾਇਆ ਵਿਆ ਕਾਰੀਗਰਾਂ ਨੇ ਇਹਨੂੰ ਸੋਹਣਾ ਲੱਗਣ ਲਈ ਬਣਾਇਆ ਹੋਇਆ ਹੈਗਾ ਤੇ ਜਿਹੜੀ ਇਹਦੀ ਕਹਿੰਦੇ ਵੀ ਮਾਰ ਕਰਨ ਦੀ ਦੂਰੀ ਸੀ ਵੀ ਕਿੱਥੇ ਤੱਕ ਮਾਰ ਕਰਦੀ ਸੀ 22 ਮੀਲ ਤੱਕ ਇਹ ਤੋਪ ਹੈ ਜਿਹੜੀ ਮਾਰ ਕਰਦੀ ਸੀਗੀ 22 ਮੀਲ ਦੇ ਦੋਸਤੋ ਆਪਣੇ 35 ਕਿਲੋਮੀਟਰ ਬਣ ਜਾਂਦੇ ਨੇ ਉਸ ਟਾਈਮ ਦੇ ਵਿੱਚ ਜਦੋਂ ਮਜਾਈਲਾ ਨਹੀਂ ਹੈਗੀ ਅਸੀਂ ਇਹ ਤੋਪ ਦੀ ਜਿਹੜੀ ਮਾਰਦੀ ਉਹ ਹੋ ਸੀਗੀ ਨਾ ਆਪਾਂ ਕਹਿ ਦਈਏ ਵੀ ਇਹ ਕਦਾ ਜਿੱਥੇ ਤੱਕ ਜੋਰ ਸੀ 35 ਕਿਲੋਮੀਟਰ ਤੇ ਗੋਲਾ ਡਿੱਗਦਾ ਸੀਦਾ ਜਾ ਕੇ ਤੇ ਇਹਦੇ ਵਿੱਚ ਇੱਕ ਬਾਰ ਦੇ ਵਿੱਚ ਇੱਕ ਕਵਾਂਟਲ 100 ਕਿਲੋ ਬਰੂਦ ਆ ਜਿਹੜਾ ਉਹ ਇਹਦੇ ਵਿੱਚ ਪੈਂਦਾ ਸੀ ਫਿਰ ਉਹ 35 ਕਿਲੋਮੀਟਰ ਦੂਰ ਜਾ ਕੇ ਇਹਦਾ ਗੋਲਾ ਡਿੱਗਦਾ ਸੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਐਡੀ ਵੱਡੀ ਤੋਪ ਨੂੰ ਇੱਥੇ ਕਿਵੇਂ ਲਿਆਂਦਾ ਗਿਆ ਦੋਸਤੋ ਇਹ ਤੋਪ ਨੂੰ ਥੱਲੇ ਬਣਾਇਆ ਗਿਆ ਕਾਰਖਾਨੇ ਚ ਇਹਦਾ ਕੱਲਾ-ਕੱਲਾ ਪੁਰਜਾ ਫਿਰ ਉਹ ਕੱਲੇ-ਕੱਲੇ ਪੁਰਜੇ ਨੂੰ ਹਾਥੀਆਂ ਦੇ ਉੱਤੇ ਚਾੱਕ ਕੇ ਇੱਥੇ ਲਿਆ ਕੇ ਕਸਿਆ ਗਿਆ ਜਾਨੀ ਉਹ ਉਹ ਥਾਂ ਤੇ ਇਹਨੂੰ ਕਸਤਾ ਵੀ ਜਿੱਥੋਂ ਦੁਸ਼ਮਣ ਦੇ ਆਉਣ ਦੇ ਚਾਂਸ ਵੱਧ ਸੀ ਸਿੱਧਾ ਹੀ ਦੁਸ਼ਮਣ ਕੰਨੀ ਨੂੰ ਮੂੰਹ ਕਰਕੇ ਇਹਨੂੰ ਕਸਤਾ ਦੋਸਤੋ ਤੁਹਾਨੂੰ ਦੱਸ ਦਈਏ ਵੀ ਤੋਪ ਨੂੰ ਘਮਾਉਣਾ ਵੀ ਕੋਈ ਸੌਖਾ ਨਹੀਂ ਸੀ ਜੇ ਇਹਦਾ ਮੂੰਹ ਘਮਾਉਣਾ ਹੁੰਦਾ ਦੋ ਹਾਥੀ ਇਹਦੇ ਮੂਹਰੇ ਲਾਉਣੇ ਪੈਂਦੇ ਸੀ ਤੇ ਦੋ ਹਾਥੀ ਇਹਦੇ ਪਿਛਲੇ ਪਾਸੇ ਲਾਉਣੇ ਪੈਂਦੇ ਸੀਗੇ ਫੇਰੇ ਇਹ ਤੂਪ ਦਾ ਜਿਹੜਾ ਜਿਵੇਂ ਜੇੜ ਕਿਸੇ ਪਾਸੇ ਨੂੰ ਕਮਾਇਆ ਜਾਂਦਾ ਸੀ ਤੇ ਆ ਜਿਹੜਾ ਥੱਲੇ ਤੁਸੀਂ ਜੈਕ ਦੇਖ ਰਹੇ ਹੋ ਨਾ ਥੱਲੇ ਰਾੜ ਜੀ ਵਿਚਾਲੇ ਇਹਨੂੰ ਅੱਠ ਬੰਦੇ ਮਿਲ ਕੇ ਫੇਰ ਹਲਿਆਉਦੇ ਸੀ ਫੇਰੇ ਬਾੜਾ ਬੋਟਾ ਤੂਪ ਹੈ ਜਿਹੜੀ ਉੱਤੇ ਥੱਲੇ ਵੰਗੂ ਜਾਂ ਕੁਛ ਨੇ ਹਿੱਲ ਜੋਲ ਹੈ ਜਿਹੜੀ ਇਹਦੀ ਫੇਰ ਹੁੰਦੀ ਸੀ ਥੱਲੇ ਵਾਲੇ ਜੈਕ ਨੂੰ ਅੱਠ ਬੰਦੇ ਹਲਉਂਦੇ ਸੀ ਅੱਜ ਤੋਂ ਦੇਖ ਲਓ ਦੋਸਤੋ ਕਿੰਨੇ ਸਾਲ ਪਹਿਲਾਂ 1720 ਨੂੰ ਤਕਰੀਬਨ 300 ਸਾਲ ਹੋ ਗਏ 300 ਸਾਲ ਪਹਿਲਾਂ ਜੈਪੁਰ ਦੇ ਵਿੱਚ ਇਹ ਐਡਾ ਹਥਿਆਰ ਸੀ ਜਿਹੜਾ ਉਹ ਬਣ ਗਿਆ ਸੀ ਪਰ ਇਹਦੇ ਪਹੀਆਂ ਦੇ ਉੱਤੇ ਜਿਹੜੇ ਰਾਜੇ ਨੇ ਇਹਨੂੰ ਇੱਥੇ ਲਿਆ ਕੇ ਰੱਖਿਆ ਉਹਦਾ ਨਾਮ ਸੀਗਾ ਰਾਮ ਸਿੰਘ ਰਾਮ ਸਿੰਘ ਨੇ 1835 ਤੋਂ 1880 ਈਸਵੀ ਤੱਕ ਉਥੇ ਰਾਜ ਕੀਤਾ ਉਹੜੇ ਕਸਿਆ ਸੀ ਬੜਾਈਏ ਹੋ ਰਾਜੇ ਨੇ ਸੀ ਤੇ ਇਹਦੇ ਪਹੀਆਂ ਦੀ ਉਚਾਈ ਹੈ ਜਿਹੜੀ ਜਿਵੇਂ ਵੱਡੇ ਪਹੀਏ ਦੀ ਹੈ ਇਹ 9 ਫੁੱਟ ਵੱਡਾ ਹੈਗਾ 9 ਫੁੱਟ ਤੇ ਆਪਾਂ ਛੱਤ ਪਾ ਦਿੰਦੇ ਆ ਘਰ ਦੀ ਇੱਕ ਕੋਠੇ ਜਿੱਡਾ ਇਹਦਾ ਪੱਈਆ ਤੋਪ ਦਾ ਆਪਣੀ 9-10 ਫੁੱਟ ਤੇ ਆਮ ਘਰਾਂ ਦੇ ਲੈਂਟਰ ਪਾਏ ਹੁੰਦੇ ਨੇ ਤੇ ਛੋਟੇ ਪੱਈਏ ਦੀ ਲੰਬਾਈ ਹੈ ਜਿਹੜੀ ਉਹ 4-5 ਫੁੱਟ ਦੇ ਕਰੀਬ ਹੈ ਜਿਹੜੀ ਆ ਪੱਈਆ ਦੀ ਮੋਟਾਈ ਹੈ ਦੋਸਤੋ ਇਹ 1 ਫੁੱਟ ਹੈ ਤੁਸੀਂ ਲਾਲੋ ਸਾਹਿਬ ਵੀ ਇਹਦਾ ਇੱਕ ਪੱਈਆ ਵੀ ਕਿ ਦੋ ਹਾਥੀਆ ਨੇ ਚੱਕ ਕੇ ਜਾਂ ਕਿਸੇ ਲੋਟ ਇਹਨਾਂ ਨੇ ਹਨਾ ਉਦੋਂ ਜੋ ਵੀ ਸਿਸਟਮ ਹੋਊ ਫੇਰ ਇੱਥੇ ਲਿਆਂਦਾ ਹੋਊਗਾ ਇਹ ਪੱਈਏ ਹੀ ਇੰਨੇ ਜਿਆਦੇ ਭਾਰੀ ਦੇ 1 ਫੁੱਟ ਮੋਟਾ 9 ਫੁੱਟ ਲੰਬਾ ਐਡਾ ਪੱਈਆ ਹੈ ਦੋਸਤੋ ਇਹਦਾ ਇਹ ਤੁਹਾਨੂੰ ਇੱਕੇ ਦੀ ਹੋਰ ਵੀ ਦਿਲਚਸਪ ਗੱਲ ਦੱਸ ਦਿਆਂ ਇਹ ਤੋਪ ਚੱਲੀ ਵੀ ਇੱਕ ਵਾਰ ਹੀ ਹੈ ਇੱਕ ਵਾਰ ਹੀ ਸਿਰਫ ਇਹਨੂੰ ਚਲਾਇਆ ਗਿਆ ਉਹ ਵੀ ਸਿਰਫ ਇਹਨੂੰ ਟੈਸਟ ਕਰਨ ਲਈ ਵੀ ਕਿੰਦੀ ਕ ਮਾਰ ਹੈ ਜਾਂ ਕਿਵੇਂ ਚੱਲਦੀ ਹੈ ਜਿਹਨੂੰ ਟੈਸਟ ਕਰਨ ਲਈ ਇੱਕ ਵਾਰੀ ਚਲਾਇਆ ਗਿਆ ਪਰ ਉਸ ਟਾਈਮ ਤੇ ਇਹਨੇ ਇੰਨਾ ਨੁਕਸਾਨ ਕਰਤਾ ਸੀ ਕਿ ਮੁੜ ਕੇ ਇਹਨੂੰ ਚਲਾਉਣ ਦਾ ਜਾਨੀ ਕਿ ਫੋਕਾ ਫਾਇਰ ਕਰਦਾ ਵੀ ਹੌਸਲਾ ਨਹੀਂ ਪਿਆ ਦੁਸ਼ਮਣ ਤਾਂ ਇਹ ਤੋਪ ਤੋਂ ਡਰਦਾ ਇਹ ਕਿਲੇ ਦੇ ਵਿੱਚ ਬੜਿਆ ਹੀ ਨਹੀਂ ਤੋਂ ਇਹਨੂੰ ਦੱਸਦੇ ਜਦੋਂ ਇਹਨੂੰ ਚਲਾਇਆ ਤਾਂ ਜਿਹੜਾ ਇਹਨੂੰ ਚਲਾਉਂਦਾ ਸੀਗਾ ਬੰਦਾ ਆਲੇ-ਦਾਲੇ ਖੜੇ ਸੀ ਉਹਨਾਂ ਦੇ ਕੰਨਾਂ ਦੇ ਪਰਦੇ ਬਾਟ ਗਏ ਉੱਥੀ ਐਨਾ ਜ਼ਿਆਦਾ ਇਹਦਾ ਤੁਮਾਕਾ ਹੋਇਆ ਤੇ ਉਹਦੇ ਸਿਰ ਦੀਆਂ ਨਾੜਾਂ ਬਲੌਕ ਹੋ ਗਈਆਂ ਉਹਦੀ ਥਾਂ ਤੇ ਮੌਤ ਹੋ ਗਈ ਉਹਦੇ ਤੋਂ ਬਿਨਾਂ ਜਿਹੜੇ ਇਹਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਔਰਤਾਂ ਦੇ ਬੱਚੇ ਹੋਣ ਵਾਲੇ ਸੀ ਗਰਭਤੀ ਸੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੇ ਪੇਟ ਦੇ ਅੰਦਰ ਸੀ ਬੱਚੇ ਜਿਹੜੇ ਉਦਾਂ ਹੀ ਮਰ ਗਏ ਤੇ ਹਜ਼ਾਰਾਂ ਹੀ ਇੱਥੇ ਪਸ਼ੂ ਪਾਂਸੀ ਬਰੀਕ ਚਿੜੀਆ ਕਹਿ ਲਈਏ ਨਿੱਕੇ ਜਾਨਵਰ ਉਹ ਮਰ ਗਏ ਸੀ ਜਦੋਂ ਇਹ ਚੱਲੀ ਸੀ ਜਣੀ ਦੁਸ਼ਵੰਦ ਦਾ ਨੁਕਸਾਨ ਤਾਂ ਪਤਾ ਨਹੀਂ ਕਰਦਾ ਜਾਂ ਨਹੀਂ ਕਰਦਾ ਇਹਨੇ ਆਪਦੇ ਰਾਜ ਦੇ ਬਹੁਤ ਤੋਂ ਬੰਦਿਆਂ ਦਾ ਨੁਕਸਾਨ ਕਰਤਾ ਸੀ ਜਦੋਂ ਇਹਨੂੰ ਚਲਾਇਆ ਸੀਗਾ ਤੇ ਜਿਹੜੀ ਥਾਂ ਤੇ ਇਹਦਾ ਗੋਲਾ ਡਿੱਗਿਆ ਸੀ ਇਦੂ 35 ਕਿਲੋਮੀਟਰ ਦੂਰ ਹੁਣ ਚਲੋ ਉਹਨੂੰ ਇੱਕ ਪਿੰਡ ਕਹਿ ਦਿੰਦੇ ਨੇ ਤੇ ਪਹਿਲਾਂ ਉੱਥੇ ਕੋਈ ਰਹਿੰਦਾ ਤਾਂ ਕੋਈ ਖਾਸ ਘਾਟੀ ਆ ਬਸੋ ਉਹ ਥਾਂ ਤੇ ਇਹਦਾ ਗੋਲਾ ਡਿੱਗਿਆ ਸੀ ਤਾਂ ਉਥੇ ਐਡਾ ਟੋਆ ਟੋਆ ਪੈ ਗਿਆ ਜਦੋਂ ਮੀਂਹ ਪਿਆ ਤਾਂ ਉਹ ਟੋਏ ਦੇ ਵਿੱਚ ਪਾਣੀ ਭਰ ਗਿਆ ਤੇ ਤਲਾਬ ਬਣ ਗਿਆ ਉਹ ਥਾਂ ਨੂੰ ਗੋਲੀਮਾਰ ਕਹਿੰਦੇ ਨੇ ਤੇ ਉਹ ਤਲਾਬ ਦਾ ਨਾਂ ਵੀ ਇਹਨਾਂ ਨੇ ਗੋਲੀਮਾਰ ਤਲਾਬ ਰੱਖਤਾ ਸੀ ਹੁਣ ਵੀ ਉਸੇ ਤਰ੍ਹਾਂ ਹੀ ਤਲਾਬ ਦਾ ਨਾਮ ਉਹਦਾ ਗੋਲੀਮਾਰ ਹੈ ਹੁਣ ਤਾਂ ਚਲੋ ਉੱਥੇ ਇੱਕ ਪਿੰਡ ਜੇ ਵਾਂਗੂ ਬਸ ਗਿਆ ਗੋਲੀਮਾਰ ਪਿੰਡ ਵੀ ਕਹਿ ਦਿੰਦੇ ਨੇ ਇਹ ਤੋਪ ਤੇ ਇਹ ਕਿਲੇ ਤੋਂ ਬਾਅਦ ਇਹ ਕਿਲੇ ਕੰਨੀ ਕਹਿੰਦੇ ਕਿਸੇ ਦੁਸ਼ਮਣ ਕੰਨੀ ਵੀ ਚਾਕੜ ਦਾ ਹੌਸਲਾ ਵੀ ਨਹੀਂ ਹੋਇਆ ਕਿ ਉਹ ਡਰੀ ਐਡਾ ਸੀਗਾ ਤੁਸੀਂ ਦੇਖ ਸਕਦੇ ਹੋ ਜਿਹਨੇ ਆਪਦੇ ਬੰਦਿਆਂ ਦਾ ਹੀ ਐਡਾ ਨੁਕਸਾਨ ਕਰਤਾ ਜਿੱਥੇ ਇਹਦਾ ਗੋਲਾ ਡਿੱਗੂ ਉਥੇ ਕਿੱਡਾ ਜ਼ਿਆਦਾ ਨੁਕਸਾਨ ਹੋਊਗਾ ਜਿੱਥੇ ਐਡਾ ਵੱਡਾ ਟੋਆ ਪੈ ਗਿਆ ਤਲਾਹ ਬਣ ਗਿਆ ਐਡਾ ਵੱਡਾ ਹਥਿਆਰ ਜਿਹੜਾ ਉਸ ਸਮੇਂ ਦੇ ਕਾਰੀਗਰਾਂ ਵੱਲੋਂ ਇਹ ਬਣਾਇਆ ਗਿਆ ਸੀਗਾ ਦੋਸਤੋ ਇਹ ਉਸ ਸਮੇਂ ਦੇ ਬਣਾਇਆ ਗਿਆ ਸੀ ਜਦੋਂ ਅੰਗਰੇਜ਼ ਨੇ ਜਿਹੜੇ ਉਹ ਇੱਥੇ ਆਏ ਨਹੀਂ ਸੀ ਉਸ ਸਮੇਂ ਮੁਗਲਾਂ ਦਾ ਰਾਜ ਸੀ ਦਿੱਲੀ ਦੇ ਵਿੱਚ ਅਕਬਰ ਦਾ ਰਾਜ ਸੀ ਜਿਹੜੇ ਸਮਿਆਂ ਦੇ ਵਿੱਚ ਇਹ ਤੋਪ ਬਣਾਈ ਗਈ ਸੀ ਇੱਕ ਹਿਸਾਬ ਨਾਲ ਇਹਨੂੰ ਆਪਾਂ ਕਹਿ ਲਈਏ ਤਾਂ ਇਹ ਪੁਰਾਣੀ ਇੱਕ ਵੱਡੀ ਮਜਾਇਲ ਹੀ ਸੀ ਜਿਹੜੀ ਐਡੀ ਦੂਰ ਤੱਕ ਮਾਰ ਕਰਦੀ ਸੀ ਇਹਨੂੰ ਕਮਾਉਣ ਲਈ ਜਾਂ ਹੋਰ ਕਰਨ ਲਈ ਹਾਥੀਆਂ ਤੋਂ ਬਿਨਾਂ ਤਾਂ ਇਹ ਹਿਲਦੀ ਵੀ ਨਹੀਂ ਸੀ ਹੋਰ ਵੀ ਇਹ ਕਿਲੇ ਦੇ ਮਾਲਕ ਨੇ ਜਿਹੜੇ ਉਹ ਰਾਜਾ ਦੇ ਅੱਗੇ ਵਾਰਸ ਨੇ ਉਹ ਜਾਂਉਂਦੇ ਨੇ ਉਹ ਇੱਕ ਤੋਪ ਦੀ ਪੂਜਾ ਕਰਕੇ ਜਾਂਦੇ ਨੇ ਦਸਹਿਰੇ ਵਾਲੇ ਦਿਨ ਉਹ ਸਾਰਾ ਪਰਿਵਾਰ ਆਉਂਦਾ ਹੈ ਜਿਹੜਾ ਇਹਦੇ ਮੂਹਤੇ ਤੁਸੀਂ ਇਹ ਰੰਗ ਦੇਖ ਰਹੇ ਹੋ ਇਹ ਜਗ੍ਹਾ ਦੇ ਉੱਤੇ ਉਹ ਤਿਲਕ ਲਾਉਂਦੇ ਨੇ ਤੋਪ ਨੂੰ ਉਹ ਸਾਹਮਣੇ ਫੁੱਲ ਜਿਹਾ ਬਣਿਆ ਹੋਇਆ ਉੱਥੇ ਉਹ ਇਹਦੀ ਪੂਜਾ ਕਰਕੇ ਜਾਂਦੇ ਨੇ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਜਾਂ ਇਹ ਤੋਪ ਕਿਵੇਂ ਦੀ ਲੱਗੀ ਤਾਂ ਆਪਣੀ رائے ਜਿਹੜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਗੱਲ ਪੰਜਾਬ ਦੀ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ